ਅਧਿਆਪਕ ਸਾਥੀਓ, ਅੱਜ ਦੀ ਜੋ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈਗੀ ਚੰਡੀਗੜ੍ਹ ਦੇ ਵਿੱਚ ਸੁਰੇਸ਼ ਕੁਮਾਰ ਜੀ ਨਾਲ, ਉਸ ਮੀਟਿੰਗ ਦੇ ਵਿੱਚ 5 ਤਰੀਕ ਦੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਮੁੱਖ ਮੰਤਰੀ ਜੀ ਨਾਲ, ਅਤੇ ਵਿਸਥਾਰ ਦੇ ਵਿੱਚ ਸਾਰੀਆਂ ਮੰਗਾਂ 'ਤੇ ਚਰਚਾ ਹੋਈ ਹੈਗੀ ਆ। ਪਰ ਸਾਂਝੇ ਅਧਿਆਪਕ ਮੋਰਚੇ ਵੱਲੋਂ ਅਜਿਹਾ ਕੋਈ ਫੈਸਲਾ ਨਹੀਂ ਕੀਤਾ ਗਿਆ ਕਿ ਪਟਿਆਲੇ ਦੇ ਵਿੱਚ ਲੱਗੇ ਗਏ ਪੱਕੇ ਧਰਨੇ ਨੂੰ ਚੁੱਕ ਲਿਆ ਜਾਊਗਾ। ਇਸ ਕਰਕੇ ਜੇ ਕਿਸੇ ਵੀ ਆਗੂ ਤੋਂ ਕਿਸੇ ਤੋਂ ਕੋਈ ਮੀਡੀਆ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਭੁਲੇਖਾ ਪਾਊ ਜਾਰੀ ਹੋਇਆ ਹੈਗਾ ਤਾਂ ਇਹ ਬਿਲਕੁਲ ਠੀਕ ਨਹੀਂ ਹੈ। ਜੋ ਸਾਡਾ ਫੈਸਲਾ ਹੈ ਸਾਂਝੇ ਅਧਿਆਪਕ ਮੋਰਚੇ ਦਾ ਅਤੇ SSC ਰਮਸਾ ਆਦਰਸ਼ ਅਤੇ ਮਾਡਲ ਸਕੂਲਾਂ ਦੀ ਜਥੇਬੰਦੀਆਂ ਦਾ ਕਿ ਪਟਿਆਲੇ ਦੇ ਵਿੱਚ ਜੋ ਪੱਕਾ ਮੋਰਚਾ ਲੱਗਿਆ ਹੋਇਆ ਉਹ ਮੰਗਾਂ ਦੀ ਪੂਰਤੀ ਤੱਕ ਜਾਰੀ ਰਹਿਣਾ। ਇਸ ਕਰਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਕੋਈ ਵੀ ਸਾਡਾ ਸਾਥੀ ਕਲਿੱਕ ਨਹੀਂ ਕਰੂਗਾ ਕਿਉਂਕਿ ਅੱਜ ਪੰਜਾਬ ਸਰਕਾਰ ਨੇ ਜਿਹੜੀ ਆਪਸ਼ਨ ਦਾ ਲਾਸਟ ਦਿਨ ਸੀ, ਪੂਰੀ ਤਰ੍ਹਾਂ ਫਰਸਟ੍ਰੇਸ਼ਨ ਨਿਕਲ ਚੁੱਕੀ ਹੈ ਸਰਕਾਰ ਦੀ। ਉੱਥੇ ਬੈਠੇ ਅਧਿਕਾਰੀ ਵੀ ਇਹ ਚੀਜ਼ ਮੰਨ ਰਹੇ ਸੀ ਕਿ 94% ਵਾਲਾ ਡਾਟਾ ਬਿਲਕੁਲ ਗਲਤ ਹੈਗਾ। ਸੋ ਆਪ ਸਭ ਨੂੰ ਬੇਨਤੀ ਹੈ ਕੋਈ ਵੀ ਸਾਥੀ ਔਨਲਾਈਨ ਆਪਸ਼ਨ ਕਲਿੱਕ ਨਾ ਕਰੇ ਅਤੇ ਜਿਵੇਂ ਤੁਸੀਂ ਹੁਣ ਤੱਕ ਡਟੇ ਹੋਏ ਹੋ ਉਸੇ ਤਰ੍ਹਾਂ ਡਟੇ ਰਹੀਏ। ਪਟਿਆਲੇ ਦੇ ਵਿੱਚ ਲੱਗਿਆ ਮੋਰਚਾ ਲਗਾਤਾਰ ਜਾਰੀ ਰਹੂਗਾ। ਕੱਲ੍ਹ ਛੁੱਟੀ ਹੈਗੀ ਹੈ, ਕੱਲ੍ਹ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਾਂ ਪਟਿਆਲੇ ਦੇ ਵਿੱਚ ਪਹੁੰਚੀਏ ਤਾਂ ਕਿ ਅਸੀਂ ਪੰਜਾਬ ਸਰਕਾਰ ਨੂੰ ਸਾਫ਼ ਕਰ ਦਈਏ ਕਿ ਕਿਸੇ ਇੱਕ ਮੀਟਿੰਗ ਦੇ ਨਾਲ ਅਸੀਂ ਆਪਣਾ ਮੋਰਚਾ ਖਤਮ ਕਰਨ ਵਾਲੇ ਨਹੀਂ, ਇਹ ਮੋਰਚਾ ਮੰਗਾਂ ਦੀ ਪੂਰਤੀ ਤੱਕ ਚੱਲਦਾ ਰਹਿਣਾ।